नवंबर 1984 जो वर्तारा वर्त्या और जिस मकसद नूं उदों मुख रख के उस वक्त दे देश दी महरूम प्रधानमंत्री इंदिरा गांधी ने पंजाब नूं टारगेट करके श्री अकाल तख्त साहिब ते टंकां तोपना हमला कीता ते कौम नूं बदनाम करके तशद्दुद ते जुल्म करके टैंकां ते तोपां नाल हमला करके उस तों बाद जो 1985 च इलैक्शनां होईआं जिन्हां बहुमत उस वक्त राजीव गांधी नूं मिलिआ उन्हां बहुमत ना उहदी माता नूं मिलिआ सी ते ना ही जदों देश आजाद होया कांग्रेस नूं मिलिआ सी। उसे नक्शे कदम ते चलदिआं होईआं मोदी उस इतिहास नूं दरहाउंदिआं होईआं उन्हें 26 नवंबर नूं सानूं पंजाब बार्डर ते रोकिया जो दीवारां कढ़ियां गईआं जो जालम सरकारां वल्लों अपने दरिंदिआं दे राहीं जो साडे बच्चिआं दे उत्ते शांतमई संघर्ष कारदिआं दे उत्ते जो गोलियां दीआं बछाड़ां कीतीआं गईआं जो कि इस तरह कदी भी नहीं हो सकता। ये पिछे इको एक मकसद के पंजाब नूं टारगेट करो इन्हां दे 200-400 मारो बाकी देश दे लोकां नूं गुमराह करके ब्लैकमेल करके ते 2024 जिस तरह 1984 ते अज 2024 ये सानू विचारना पवेगा बैठ के सोचना पवेगा। शुभकरण सिंह दी अंतम अरदास विच 71 होई गुरु प्यारी साध संग सब तो पहला बुलाओ फतेह वाहिगुरु जी का खालसा वाहिगुरु जी की फतेह। आप सब नू पता है कि 13 फरवरी नू असीं जो अपनियां मनियां होईयां मंगां सरकार वल्लों लागू करवाउण वास्ते चले रस्ते दे विच जिस तरह रोकिया गया जो दीवारां कढ़ियां गईयां जो जालम सरकारां वल्लों अपने दरिंदिआं दे राहीं जो साडे बच्चिआं दे उत्ते शांतमई संघर्ष कारदिआं दे उत्ते जो गोलियां दीआं बछाड़ां कीतीआं गईयां जो कि इस तरह कदी भी नहीं हो सकदा। पर उस ਸਾਡੇ ਹੋਣਹਾਰ ਪੁੱਤਰ ਤੇ ਜੋ ਗੋਲੀ ਮਾਰ ਕੇ ਉਹਨੂੰ ਸ਼ਹੀਦ ਕੀਤਾ ਗਿਆ ਉਹ ਅਤੇ ਜਿਸ ਤਰ੍ਹਾਂ ਪ੍ਰੀਤਪਾਲ ਸਿੰਘ ਨੂੰ ਹਰਿਆਣਾ ਪੁਲਿਸ ਤੇ ਕੇਂਦਰ ਸਰਕਾਰ ਦੇ ਗੁੰਡਿਆਂ ਵੱਲੋਂ ਜਿਸ ਤਰ੍ਹਾਂ ਜ਼ਬਰਦਸਤੀ ਪੰਜਾਬ ਦੇ ਵਿੱਚੋਂ ਲੰਗਰਾਂ ਦੀ ਸੇਵਾ ਕਰਦੇ ਨੂੰ ਚੌਕੇ ਲੈ ਗਏ ਬੋਰੀਆਂ ਦੇ ਵਿੱਚ ਪਾ ਕੇ ਜਿਸ ਤਰ੍ਹਾਂ ਕੁੱਟਿਆ ਗਿਆ ਇਹਦੇ ਪਿੱਛੇ ਕੀ ਕਾਰਨ ਹੈ ਮੇਰੇ ਤੋਂ ਇੱਕ ਪੱਤਰਕਾਰ ਵੀਰ ਨੇ ਸਵਾਲ ਕੀਤਾ ਕਿ ਇਹਦੇ ਪਿੱਛੇ ਕਾਰਨ ਕੀ ਹੈ। ਮੈਂ ਬੇਨਤੀ ਕਰਾਂ ਕਿ ਵਿਸਤਾਰ 'ਚ ਨਹੀਂ ਜਾਣਾ ਇੱਕੋ ਹੀ ਮਿੰਟ 'ਚ ਗੱਲ ਕਰਾਂਗਾ। ਮੈਂ ਉਹਨੂੰ ਜਵਾਬ ਦਿੱਤਾ ਸੀ ਕਿ ਜੂਨ ਨੂੰ 1984 ਨਵੰਬਰ 1984 ਜੋ ਵਰਤਾਰਾ ਵਰਤਿਆ ਔਰ ਜਿਸ ਮਕਸਦ ਨੂੰ ਉਦੋਂ ਮੁੱਖ ਰੱਖ ਕੇ ਉਸ ਵਕਤ ਦੇ ਦੇਸ਼ ਦੀ ਮਹਿਰੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪੰਜਾਬ ਨੂੰ ਟਾਰਗੇਟ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਟੰਕਾਂ ਤੋਪਾਂ ਹਮਲਾ ਕੀਤਾ ਤੇ ਕੌਮ ਨੂੰ ਬਦਨਾਮ ਕਰਕੇ ਤਸ਼ੱਦਦ ਤੇ ਜ਼ੁਲਮ ਕਰਕੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕਰਕੇ ਉਸ ਤੋਂ ਬਾਅਦ ਜੋ 1985 ਚ ਇਲੈਕਸ਼ਨਾਂ ਹੋਈਆਂ ਜਿਨ੍ਹਾਂ ਬਹੁਮਤ ਉਸ ਵਕਤ ਰਾਜੀਵ ਗਾਂਧੀ ਨੂੰ ਮਿਲਿਆ ਉਹਨਾਂ ਬਹੁਮਤ ਨਾ ਉਹਦੀ ਮਾਤਾ ਨੂੰ ਮਿਲਿਆ ਸੀ ਤੇ ਨਾ ਹੀ ਜਦੋਂ ਦੇਸ਼ ਆਜ਼ਾਦ ਹੋਇਆ ਕਾਂਗਰਸ ਨੂੰ ਮਿਲਿਆ ਸੀ। ਉਸੇ ਨਕਸ਼ੇ ਕਦਮ ਤੇ ਚੱਲਦਿਆਂ ਹੋਇਆਂ ਮੋਦੀ ਉਸ ਇਤਿਹਾਸ ਨੂੰ ਦਰਹਾਉਂਦਿਆਂ ਹੋਇਆਂ ਉਹਨੇ 26 ਨਵੰਬਰ ਨੂੰ ਸਾਨੂੰ ਪੰਜਾਬ ਬਾਰਡਰ ਤੇ ਰੋਕਿਆ ਪੰਜਾਬ ਬਾਰਡਰ ਤੱਕ ਕ੍ਰੋਸ ਕਰ ਗਏ ਹਰਿਆਣੇ ਤੋਂ ਅੱਗੇ ਨਹੀਂ ਜਾਣ ਦਿੱਤਾ। ਇਸ ਵਾਰੀ ਵੀ ਉਹਨੇ ਸਾਨੂੰ ਪੰਜਾਬ ਤੋਂ ਅੱਗੇ ਹਰਿਆਣੇ 'ਚ ਐਂਟਰ ਨਹੀਂ ਹੋਣ ਦਿੱਤਾ। ਇਹਦੇ ਪਿੱਛੇ ਇੱਕੋ ਇੱਕ ਮਕਸਦ ਕਿ ਪੰਜਾਬ ਨੂੰ ਟਾਰਗੇਟ ਕਰੋ ਇਹਨਾਂ ਦੇ 200-400 ਮਾਰੋ ਬਾਕੀ ਦੇਸ਼ ਦੇ ਲੋਕਾਂ ਨੂੰ ਗੁਮਰਾਹ ਕਰਕੇ ਬਲੈਕਮੇਲ ਕਰਕੇ ਤੇ 2024 ਜਿਸ ਤਰ੍ਹਾਂ 1984 ਤੇ ਅੱਜ 2024 ਇਹ ਸਾਨੂੰ ਵਿਚਾਰਨਾ ਪਵੇਗਾ ਬੈਠ ਕੇ ਸੋਚਣਾ ਪਵੇਗਾ ਕਿ ਇੱਥੇ ਇਹ ਅਤਿਆਚਾਰ ਤੇ ਜ਼ੁਲਮ ਪੰਜਾਬ ਤੇ ਕਿਉਂ ਹੁੰਦੇ ਨੇ ਇਹ ਜਿੰਨਾ ਚਿਰ ਅਸੀਂ ਵਿਚਾਰ ਕੇ ਬੈਠਾਂਗੇ ਨੇ ਵਿਚਾਰਾਂਗੇ ਨਹੀਂ ਉਹਨਾਂ ਚਿਰ ਹੱਲ ਨਹੀਂ। ਸੋ ਉਸ ਮਹਾਨ ਪੁੱਤਰ ਨੂੰ ਸ਼ਹੀਦ ਨੂੰ ਸ਼ਹਾਦਤ ਦਿੰਦਾ ਹੋਇਆ ਗੁਰੂ ਚਰਨਾਂ 'ਚ ਅਰਦਾਸ ਬੇਨਤੀ ਆ ਕਿ ਸੱਚੇ ਪਾਤਸ਼ਾਹ ਉਸ ਪਰਿਵਾਰ ਨੂੰ ਚੜ੍ਹਦੀ ਕਲਾ ਔਰ ਇਹ ਜੋ ਐਡਾ ਵੱਡਾ ਹਾਦਸਾ ਵਾਪਰਿਆ ਇਹ ਸਹਿਨ ਕਰਨ ਦਾ ਬਖਸ਼ਿਸ਼ ਤੇ ਹਰ ਪ੍ਰੀਤਪਾਲ ਸਿੰਘ ਦੇ ਜੋ ਕਿ ਇਸ ਟਾਈਮ ਤੇ ਬਹੁਤ ਹੀ ਨਾਜ਼ੁਕ ਹਾਲਤ ਵਿੱਚ ਹੈ ਉਹਨੂੰ ਤੇ ਬਾਕੀ ਜ਼ਖਮੀਆਂ ਨੂੰ ਤੰਦਰੁਸਤੀ ਬਖਸ਼ਿਸ਼ ਕਰਨੀ
मोर्चा असी सारे रल के लड़िए, यही सच्ची श्रद्धांजलि है। बलाओ फतेह, वाहिगुरु जी का खालसा, वाहिगुरु जी की फतेह।